ਆਪਣੇ ਵੱਡਿਆਂ ਦੇ ਪਾਇਆਂ ਪੂਰਿਆਂ ਦੇ ਚਰਨ ਤੋਂ ਪਹਿਲਾਂ ਤੋਂ ਜਾਣੂ ਹੋਈਏ। ਸੋ ਬਹੁਤ ਕਿਰਪਾ ਹੋਈ ਹੈ ਤਾਂ ਰੋਜ਼ ਤੋਂ ਖੰਡਪਾਠ ਸਾਹਿਬ ਚੱਲ ਰਹੇ ਨੇ, ਬੜੇ ਚਾਵਾਂ ਨਾਲ ਆਪਕੀ ਰਲਮਿਲ ਦੀ ਸੇਵਾ ਨਿਭਾਤੇ ਹੋ। ਅੱਜ ਰਾਤ ਦਾ ਦੀਵਾਨ ਸਜਿਆ ਹੈ, ਆਓ ਆਪ ਦੀ ਕੀਰਤਨ ਤੋਂ ਬਾਅਦ ਆਪਾਂ ਹੁਣ ਕੁਝ ਸਮਾਂ ਪੂਰੇ ਧਿਆਨ ਵਿੱਚ ਜੁੜ ਕੇ ਬੈਠਣ ਦੀ ਕੋਸ਼ਿਸ਼ ਕਰਨੀ ਹੈ, ਬੱਚਿਆਂ ਨੂੰ ਵੀ ਪਕੜ ਕੇ ਰੱਖਣਾ। ਦੂਸਰਾ ਭੈਣਾਂ ਅਤੇ ਵੀਰਾਂ ਨੇ ਕੱਲ੍ਹ ਹੀ ਨੂੰ ਜੀ ਬੇਨਤੀ ਪ੍ਰਵਾਨ ਕੀਤੀ ਹੈ, ਸਾਹਮਣੇ ਬਹਿਣਾ ਅਤੇ ਨੇੜੇ ਬਹਿਣਾ ਤੁਹਾਡਾ ਧੰਨਵਾਦ। ਜਿਹੜੇ ਵੀਰ ਪਿੱਛੇ ਬੈਠੇ ਹੋ ਉਹ ਵੀ ਕਿਰਪਾ ਕਰਕੇ ਜਿਵੇਂ ਕਿਹੜੀ ਖੇਤਰ ਕੀਤੀ ਜੇ ਬੋਲ ਕੇ ਆ ਜਾਓ ਅਤੇ ਭਾਜੀ ਬੜੀ ਮਿਹਰਬਾਨੀ, ਕਿਉਂਕਿ ਉਹਦੇ ਨਾਲ ਤੁਹਾਨੂੰ ਵੀ ਲਾਭ ਦੇ ਅਤੇ ਬੋਲਣ ਵਾਲੇ ਦੀ ਵੀ ਸੁਰਤੀ ਵਿਰਤੀ ਰਹਿੰਦੀ ਨੇੜੇ। ਹੋਰ ਕਿਰਿਆ ਕਰੋ ਜਿਹਨਾਂ ਨੂੰ ਸਤਿਗੁਰੂ ਨੇ ਤੰਦਰੁਸਤੀ ਦਿੱਤੀ, ਕੰਨਾਂ ਨਾਲ ਢੋਲ ਨਾਲ ਲਾ ਕੇ ਬੈਠਿਆ ਕਰੀਏ। ਹਾਂ ਜਿਹਨਾਂ ਨੂੰ ਕੋਈ ਮੁਸ਼ਕਲ ਉਹਨਾਂ ਦੀ ਮਜਬੂਰੀ ਹੈ, ਆਓ ਗੁਰੂ ਬਖਸ਼ੀ ਫਤਿਹ ਬੁਲਾਵਾਂਗਾ। ਫਤਿਹ ਬੁਲਾਉਣ ਤੋਂ ਬਾਅਦ ਇੱਕ ਮਿੰਟ ਕੇਵਲ ਆਪਾਂ ਨੇ ਆ ਕੇ ਸਿਮਰਨ ਅਤੇ ਗੁਰਬਾਣੀ ਦਾ ਗਾਇਨ ਕਰਨਾ ਹੈ। ਫਿਰ ਸਾਰਾ ਜਦੋਂ ਧਿਆਨ ਇਕੱਠਾ ਹੋ ਗਿਆ ਉਦੋਂ ਮਹਾਂਪੁਰਖਾਂ ਦੀ ਯਾਦ ਵਿੱਚ ਕੁਝ ਬਚਨ ਗੁਰੂ ਰਾਮਦਾਸ ਪਿਤਾ ਨੇ ਜੋ ਕਹਿ ਤੁਹਾਡੇ ਨਾਲ ਸਾਂਝੇ ਕਰਾਂਗਾ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।
ਕਹਿੰਦੇ ਜਦੋਂ ਵੀ ਸਤਿਗੁਰੂ ਜੀ ਦੇ ਕੋਲ ਆਉਣਾ ਹੈ ਤੇ ਜੇ ਆਪੇ ਮੰਗਣਾ ਕੀ ਹੈ ਤੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕੀ ਕਰਕੇ ਇੱਕ ਪੌੜੀ ਹੈ ਜਿਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਅਰਦਾਸ ਕਰ ਖਾਲਸਾ ਆਪਣੀ ਦਇਆ ਕਰ ਹਰ ਡੋਲੀ ਪੈਣੀ ਇਹ ਨਿਰੰਕਾਰ ਸਾਡੇ ਸਾਰਿਆਂ 'ਤੇ ਦਇਆ ਕਰ ਤਰਸ ਕਰ ਸਾਡੇ 'ਤੇ ਸਾਡੀ ਜ਼ੁਬਾਨ 'ਤੇ ਵੱਧ ਤੋਂ ਵੱਧ ਗੁਰਬਾਣੀ ਪੜ੍ਹੇ ਅਤੇ ਤੇਰਾ ਨਾਮ ਜਪੇ ਇਹ ਕਰਦੇ ਹਾਂ ਆਪਾਂ ਸਾਰੇ ਜਿਹੜੇ ਕਰਦੇ ਬਿਮਾਰ ਜਿਹੜੇ ਨਹੀਂ ਕਰਦੇ ਕਰੀਏ ਕਿਉਂਕਿ ਤਾਂ ਸਤਿਗੁਰ ਸਾਂਝ ਬਣ ਗਈ ਕਿ ਘਰਾਂ 'ਚ ਜਿਹੜਾ ਦੁੱਖ ਕਲੇਸ਼ ਉਹਨੇ ਤਾਂ ਨਿਕਲਣਾ ਜਦੋਂ ਸਤਿਗੁਰੂ ਦੀ ਯਾਦ ਘਟਦਾ ਹੈ ਪਹਿਲਾ ਵਚਨ ਹੈ ਹਰ ਹਰ ਆਪਣੀ ਦਇਆ ਕਰ ਹਰ ਗੁਰਮੀ ਪੈਣੀ ਬਸ ਜ਼ੁਬਾਨ ਤੋਂ ਨਿਕਲਣ ਜਿਹੜੇ ਰੱਬ ਨੂੰ ਚੇਤਾ ਭਰਾਉਣ ਗੁਰਬਾਣੀ ਗਵਾਇਤ ਨੂੰ ਸ਼ਬਦ ਦੂਸਰਾ ਵਚਨ ਹਰ ਨਾਮ ਧਿਆਈ ਹਰ ਉਚਰਾ ਹਰ ਲਾਤਾ ਲੈਣੀ ਸ਼ਿਵ ਸਵੰਜਾ ਅੰਕ ਮਹਾਰਾਜ ਦੇ ਸ਼ਬਦ ਦੇ ਪੌੜੀ ਹੈ ਇਹਦਾ ਮਤਲਬ ਅਗਲੀ ਪੌੜੀ ਦਾ ਹਰ ਨਾਮ ਧਿਆਈ ਜਦੋਂ ਵਾਹਿਗੁਰੂ ਸ਼ਬਦ ਜਿਵੇਂ ਕੋਲ ਆਪ ਜੀ ਨੇ ਜਪਿਆ ਹੈ ਜਿਵੇਂ ਹੁਣ ਕਿਤਾਬ ਜੀ ਤੁਸੀਂ ਪੜਾਉ ਰੱਖੋਗੇ ਤੇ ਮੇਰੇ ਲਈ ਜਿੰਨਾ ਤੁਸੀਂ ਸਮਾਂ ਦਿੱਤਾ ਹੈ ਬਹੁਤ ਹੋਏਗਾ ਸਬੰਧੀ ਮੇਰੇ ਹੁੰਦੇ ਨਿਕਲ ਪੁਨਰੀ ਨਾਮ ਸੰਯੋਗ ਮੇਰੇ ਜਿਹੜੇ ਦਿਲ ਵਿੱਚ ਅਰਮਾਨ ਹੁੰਦੇ ਨੇ ਕਿ ਮਹਾਰਾਜ ਦੀਆਂ ਗੱਲਾਂ ਬਾਹਲੀਆਂ ਸਾਡੀਆਂ ਆਪਣੀ ਸੰਗਤ ਨਾਲ ਸਿੰਘਾਂ ਨਾਲ ਕਰੀਏ ਜਿਹਦੇ ਨਾਲ ਵੱਧ ਤੋਂ ਵੱਧ ਲਾਤਾ ਸਾਨੂੰ ਸਾਧਨਾ ਮਿਲੇ ਉਹੀ ਤੁਸੀਂ ਪੂਰੀ ਕਰਨੀ ਸਾਡੇ ਨਾਮ ਧਿਆਈ ਦਾ ਮਤਲਬ ਹੈ ਜਦੋਂ ਵਾਹਿਗੁਰੂ ਕਹਿਣਾ ਤੇ ਧਿਆਨ ਵੀ ਰੱਖਣਾ ਵਾਹਿਗੁਰੂ ਦੇ ਅੰਦਰ ਹੱਥ ਉੱਚਣਾ ਜ਼ੁਬਾਨ ਤੋਂ ਵਾਹਿਗੁਰੂ ਕਹਿਣਾ ਤੇ ਨਾਲ ਧਿਆਨ ਵਿੱਚ ਰੱਖਣਾ ਤੇ ਵਾਹਿਗੁਰੂ ਉਹ ਆਕਾਸ਼ ਵਿੱਚ ਵੀ ਵਾਹਿਗੁਰੂ ਜੀ ਮੇਰੇ ਅੰਦਰ ਤੇ ਹਰ ਲਾਤਾ ਲੈ ਕੇ ਇਹ ਲਾਤਾ ਫਿਰ ਰੱਬ ਦਾ ਮਿਲੇਗਾ ਜੇ ਧਿਆਨ ਵਿੱਚ ਗੱਲਾਂ ਹੋਈਆਂ ਜ਼ੁਬਾਨ ਤੇ ਵਾਹਿਗੁਰੂ ਸ਼ਬਦ ਨਾ ਪਾਇਆ ਇਹ ਨਹੀਂ ਕੋਈ ਲਾਤਾ ਐਵੇਂ ਕੇਵਲ ਲੋਕਾਂ ਤੋਂ ਸੁਣੀ ਸੁਣਾਈ ਗੱਲ ਹੈ ਕੋਈ ਸੰਗਤ ਚ ਬੜਾ ਲਾਤਾ ਮਿਲਿਆ ਅਸਲ ਵਿੱਚ ਲਾਤਾ ਹੈ ਹਰ ਰਾਮ ਨਾਮ ਜਪ ਲਾਤਾ ਲਾਤਾ ਜਿੱਥੇ ਵੀ ਸ਼ਬਦ ਆਏਗਾ ਸਹਿਤ ਕਹਿੰਦੇ ਪ੍ਰਾਣੀ ਤੂੰ ਆਇਆ ਲਾਤਾ ਲੈਣ ਲਾਤੇ ਦਾ ਮਤਲਬ ਸਾਡੇ ਅੰਦਰ ਵਾਹਿਗੁਰੂ ਦੇ ਪਿਆਰ ਦੇ ਪੁੱਤਰਾਂ ਨੂੰ ਪੈਦਾ ਹੋਏ ਉਹਦੀ ਯਾਦ ਚੱਲੇ ਸਾਧ ਸੰਗਤ ਆਪਕੇ ਲਗਾਏ ਸਤਿਗੁਰਾਂ ਦੇ ਸੁਲਤਾਨਪੁਰ ਤੋਂ ਗਾਲੀ ਧਿਆਨ ਦੀ ਸ਼ੁਰੂ ਕੀਤੀ ਸੀ ਸਤਸੰਯੋਗ ਜਦੋਂ ਮੁਸਲਮਾਨ ਪੀਰਾਂ ਨੇ ਨਵਾਬ ਨੇ ਕਿਹਾ ਸੀ ਨਵਾਬ ਅਦਾ ਕਰੋ ਸਹਿਤ ਗਏ ਸੀ ਨਵਾਬ ਤੇ ਕਾਜ਼ੀ ਨੇ ਨਵਾਬ ਅਦਾ ਕੀਤੀ ਪਰ ਸਤਿਗੁਰ ਮੁਸਕਰਾਏ ਨੇ ਕਹਿਣ ਲੱਗੇ ਤੁਸੀਂ ਨਵਾਬ ਤੋਂ ਨਹੀਂ ਅਦਾ ਕੀਤੇ ਜੀ ਬਾਡੇ ਨਾਲ ਵਾਅਦਾ ਸੀ ਖੁਦਾ ਨੂੰ ਯਾਦ ਕਰੋਗੇ ਨਵਾਬ ਅਦਾ ਕਰਾਂਗੇ ਪਰ ਤੁਸੀਂ ਇੱਕ ਦਿਨ ਕਾਬਲ ਤੋਂ ਘੋੜੇ ਖਰੀਦ ਰਹੇ ਧਿਆਨ ਵਿੱਚ ਘੋੜੇ ਕਰ ਦੂਸਰਾ ਵਛੇਰੀ ਜਿਹੜੀ ਘੋੜੀ ਸੋਈ ਹੈ ਵਛੇਰੀ ਨੇ ਦਿੱਤੇ ਖੂਹ ਵਿੱਚ ਉਹਨੂੰ ਸਵਾਰ ਦੇਈਏ ਸਤਿਗੁਰੂ ਪ੍ਰਵਾਨ ਨਹੀਂ ਕਰਦੇ ਸਹਿਬ ਕਹਿੰਦੇ ਆਪਾਂ ਵੀ ਪ੍ਰਵਾਨ ਨਹੀਂ ਹੋਣਾ ਵੀ ਸਾਡੇ ਧਿਆਨ ਬੰਦਰ ਦੁਨੀਆਂ ਕੋਈ ਵਾਹਿਗੁਰੂ ਸ਼ਬਦ ਨਾ ਪਾਇਆ ਅਰਦਾਸ ਕਰਕੇ ਬੈਠਣਗੇ ਜ਼ਰੂਰ ਕੈਦ ਪਾਉਂਦਾ ਉਹ ਕਦੇ ਨਹੀਂ ਵੀ ਅੰਦਰੋਂ ਕਹੀਏ ਉਹ ਸਾਡਾ ਧਿਆਨ ਨਾ ਜੋੜਨ ਇਹ ਸੱਜਣ ਸਿੱਧੀ ਦੀ ਗੱਲ ਯਾਦ ਸੋਚੀਏ ਕਿ ਰਾਤ ਦਾ ਰਹਿਣ ਵਾਲਾ ਦਿੱਲੀ ਚਲਾ ਗਿਆ ਗੁਰਦੁਆਰਾ ਸੀਸਗੜ੍ਹ ਸਾਹਿਬ ਉੱਥੇ 60 ਸਾਲ ਦੀ ਉਮਰ
ਕਿ ਤੁਹਾਡਾ ਵਪਾਰ ਬਹੁਤ ਕਰਕੇ ਹੁਣ ਚਾਹੁੰਦਾ ਵਾ ਕਿ ਮੈਂ ਬਾਕੀ ਸਮਾਂ ਬਦਲੀ ਅਤੇ ਰਾਤ ਦੇ ਜੀਵ ਨੂੰ ਸਫਲ ਕਰਾਂ। ਪਰ ਹੁਣ ਜਦੋਂ ਨਾਮ ਜਪਦਾ ਬਾਣੀ ਪੜ੍ਹਦਾ ਅੰਦਰ ਵੀ ਟਿਕਦਾ ਸੀਸਰ ਚਲਾ ਗਿਆ, ਬੈਠਾ ਸੀ ਅਰਦਾਸ ਕਰਕੇ ਕੀਰਤਨ ਸੁਣ ਕੇ ਧਿਆਨ ਜੋੜੇ ਧਿਆਨ ਜੁੜੇ ਕੋਈ ਨਾ ਅੰਦਰ ਖੂਬ ਨਿਕਲਦੇ ਜਿਵੇਂ ਕੋਇਲ ਦੇ ਅੰਦਰੋਂ ਖੂਬ ਨਿਕਲਦੇ। ਕਹਿੰਦਾ ਕਿ ਤੁਹਾਨੂੰ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜਾਂ ਤੇ ਤਰਸ ਕਰਕੇ ਮੇਰਾ ਅੰਦਰ ਧਿਆਨ ਜੋੜ ਦੇ ਜੇ ਤੂੰ ਨਹੀਂ ਜੋੜਨਾ ਤੇ ਆਪਣੇ ਤੋਂ ਵੱਡਾ ਤੂੰ ਦਰਦਾਸ ਦੇ ਵਿੱਚ ਜਾ ਕੇ ਮੈਂ ਅਰਦਾਸ ਕਰਾਂ ਮੇਰੇ ਕੋਲ ਤੇਰੇ ਤੋਂ ਵੱਡਾ ਕੋਈ ਹੋਰ ਟਿਕਾਣਾ ਨਹੀਂ ਪੈ। ਇਸ ਕਰਕੇ ਮੈਂ ਸਭ ਤੋਂ ਵੱਡਾ ਸਮਝ ਕੇ ਤੁਹਾਡੇ ਕੋਲ ਆ ਪਾਤਾ ਤੇ ਤੁਸੀਂ ਮੇਰੇ ਤੇ ਕਿਰਪਾ ਕਰੋ। ਇਹਦੇ ਨਾਲੇ ਮੈਂ ਰੋਵਾਂ ਬੈਠਾ ਬੈਠਾ ਨਾਲੇ ਅਰਦਾਸ ਕਰਾਂ ਤੇ ਅਰਦਾਸ ਕਰਦੇ ਕਰਦੇ ਉਦੋਂ ਪਤਾ ਲੱਗਾ ਏ ਜਦੋਂ ਮੇਰਾ ਅੰਦਰ ਤੁਰਨੇ ਨਿਕਲ ਗਏ ਧਿਆਨ ਵਿੱਚ ਵਾਹਿਗੁਰੂ ਸ਼ਬਦ ਆ ਗਿਆ। ਕਹਿ ਲੱਗਾ 23 ਸਾਲ ਹੋ ਗਏ ਨੇ ਉਸ ਤੋਂ ਬਾਅਦ ਮੇਰੇ ਧਿਆਨ ਅੰਦਰ ਖਿਆਲ ਨੇ ਗੁਰੂ ਦੇ ਸ਼ਬਦ ਨੇ ਵਾਸਾ ਕਰ ਲਿਆ। ਤੁਸੀਂ ਜਾਣੇ ਹੋ ਸਾਰੇ ਦੇ ਵੀਰ ਕੋਈ ਬੱਚੇ ਕੋਈ ਨੌਜਵਾਨ ਬੱਚੀਆਂ ਜਦੋਂ ਵੀ ਸਤਿਗੁਰੂ ਤੋਂ ਲਾਗੇ ਸੀਧੀ ਸੋ ਕੇ ਮੰਗੀਏ ਅੰਦਰੋਂ ਕਦੇ ਵੀ ਐਵੇਂ ਨਾ ਸਮਝੀਏ ਕਿ ਚਲੋ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਗਏ ਸਾਂ ਚਰਨਾਂ ਵਿੱਚ ਉਹਨਾਂ ਨੇ ਚੌਰ ਸਾਹਿਬ ਦੀ ਸੇਵਾ ਕਰਨੀ ਪਹਿਲਾਂ ਮੂਲ ਮੰਤਰ ਕਰਨਾ ਤੇ ਫਿਰ ਜਵਾਨ ਤੋਂ 10 ਪਾਤਸ਼ਾਹਾਂ ਦੇ ਨਾਮ ਲੈਣੇ ਤੇ ਚੌਂ ਕਰੀ ਜਾਣਾ ਤੇ ਫਿਰ ਕਿੰਨਾ ਚਿਰ ਕੀ ਕਹਿ ਜਾਣਾ ਮੈਂ ਤੇਰਾ ਤਾਂ ਮੈਂ ਤੇਰਾ ਤਾਂ ਮੈਂ ਤੇਰਾ ਵਾਂ ਆਪਣੇ ਦੀ ਲਾਜ ਰੱਖੀ ਸ਼ਬਦ ਦੀ ਸੋਚਾ ਜੇ ਮੈਂ ਤੇਰਾ ਵਾਂ ਇਹ ਤੇਰਾ ਤੇਰਾ ਕਰੀ ਜਾਣੇ ਤੇ ਰੰਗ ਪੁਰਾਮ ਚੜੀ ਗਾਣੇ ਹੈ ਕੁਝ ਰੰਗ ਚੜੇ ਉਸ ਨੇ ਪੁਰਨਾ ਸੀ ਪੂਰੀਆਂ ਹੋਣ ਉਹਨਾਂ ਨੇ ਕੋਈ ਇਹ ਨਹੀਂ ਵੇਖਣਾ ਹੁੰਦਾ ਤੁਸੀਂ ਪਹਿਲਾਂ ਕੀ ਕਰਕੇ ਆਏ ਹੋ ਉਹ ਵੇਖਦੇ ਹੁਣ ਪਿੱਛੇ ਖਲੋ ਕੇ ਤੁਸੀਂ ਨੀਵੇਂ ਹੋ ਕੇ ਪਰਦੋਈ ਕਰਦੇ ਹੋ ਜਦ ਤੁਹਾਡੇ ਅੰਦਰ ਤੇ ਬਾਹਰ ਦੇ ਖਿਆਲ ਕੀ ਨੇ। ਤੇਰਾ ਸ਼ਬਦ ਦੀ ਗੱਲ ਚੇਤਾ ਆਈ ਜਦੋਂ ਸੰਤ ਬਾਬਾ ਮਾਤ ਨਾਮ ਹੋ ਜਾਂਦੇ ਸੁਣ ਬੇਨਤੀ ਕਰਾਂ ਗੁਰੂ ਰਾਮਦਾਸ ਪਿਤਾ ਦੇ ਬਚਨ ਹਜ਼ੂਰ ਨੇ ਤਾਂ ਖਾਤਾ ਆਪਣੀ ਦਇਆ ਕਰ ਹਰ ਬੋਲੀ ਪੈਣੀ ਹਰ ਨਾਮ ਧਿਆਈ ਕਰ ਪੁੱਛਣਾ ਕਰ ਲਾਤਾ ਲੈਣੀ ਅੱਗੇ ਬਚਣੀ ਜੋ ਜਪਦੇ ਕਰ ਕਰ ਦਿਨ ਸਰਾ ਤੇ ਰਖੋਮ ਕੁਰਬੈਣੀ ਕਹਿੰਦੇ ਜਿਹੜੀਆਂ ਜਪਰਵਾਦ ਕਰੂਆਂ ਨੇ ਨਾ ਉਹਨਾਂ ਤੋਂ ਕੁਰਬਾਨ ਤੁਸੀਂ ਜਾਓਗੇ ਤੁਹਾਡੇ ਅੰਦਰ ਪਿਆਰ ਜਾਤੇ ਦਾ ਗੁਰਮੁਖਾਂ ਨੇ ਨਾਮ ਜਪਦਿਆਂ ਨੇ ਇੱਥੇ ਬੇਨਤੀ ਕਰਾਂ ਸੁਚੇਤ ਰਾਤ ਕਹਿੰਦੇ ਮੇਰੇ ਸਾਹਮਣੇ ਕੇਵਲ ਤੁਸੀਂ ਨਹੀਂ ਕੋਈ 100 ਸਰੀਰ ਨਾ 150
ਤੁਸੀਂ ਆਵਾਜ਼ ਫੋਨ ਰਾਹੀਂ ਜਾਂ ਫੋਨਾਂ ਦੇ ਰਾਹੀਂ ਫੇਸਬੁੱਕ ਦੇ ਰਾਹੀਂ ਬੜੇ ਪਿੱਛੇ ਪਿੱਛੇ ਇਹ ਪ੍ਰੋਗਰਾਮ ਤੁਸੀਂ ਦਿਖਾ ਰਹੇ ਹੋ। ਮੈਂ ਕੁਛ ਖਾਸ ਬੇਨਤੀਆਂ ਤੁਹਾਡੀ ਚਰਨਾ ਕਰਨਾ ਚਾਹੁੰਦਾ। ਸਤਿਗੁਰੂ ਨੇ ਦੀਵਾਰਾਂ ਤੋੜੀਆਂ, ਅਸੀਂ ਪੁੱਛਦੇ ਰਹੇ ਨਾ ਮੇਲ ਕਿਉਂ ਨਹੀਂ ਹੁੰਦੀ, ਮੇਲ ਦੇ ਵਿੱਚ ਰੁਕਾਵਟਾਂ ਕੀ ਚੀਜ਼ਾਂ ਪੈਂਦੀਆਂ ਨੇ, ਉਹਦੇ ਧਿਆਨ ਕਰਨਾ ਚਾਹੀਏ। ਸਤਿਗੁਰੂ ਦੇ ਸ਼ਬਦ ਵਰਤੇ ਆਏ, ਜੋ ਜਪਦੇ ਜੋ ਵੀ ਰੱਬ ਨੂੰ ਜਪਦੇ ਨੇ, ਇਹ ਨਹੀਂ ਕਿ ਮੁਸਲਮਾਨ ਜਪਦਾ ਜਾਂ ਹਿੰਦੂ ਜਾਂ ਸਿੱਖ। ਸਤਿਗੁਰੂ ਨੇ ਇਹ ਨਹੀਂ ਕਿ ਸਾਲ ਨਾਲ ਸੰਬੰਧਿਤ ਜਪੇ ਤੇ ਸਤਿਕਾਰ ਕਰਿਆ ਜੇ, ਨਾਨਕ ਸਾਹਿਬ ਨਾਲ ਕੋਈ ਸੰਬੰਧਿਤ ਜਪੇ ਤੇ ਘੱਟ ਕਰਿਆ ਜੇ, ਜਾਂ ਅਖੰਡ ਕੀਰਤਨੀ ਜਪੇ ਤੇ ਵੱਧ ਕਰਿਆ ਜੇ, ਜੇ ਕੋਈ ਆਮ ਸੇ ਕਰੇ ਤੇ ਘੱਟ ਕੀ ਦੁਬਾਰਾ ਅਸੀਂ ਮੰਨਣਾ ਨੇ। ਸਤਿਗੁਰੂ ਕਹਿੰਦੇ ਨਹੀਂ, ਜਿੰਨੀ ਨਾਮ ਪਿਆਇਆ ਜਿੱਥੇ ਵੀ ਸ਼ਬਦ ਆਏਗਾ ਸਤਿਗੁਰੂ ਇਹ ਸੰਸਥਾਵਾਂ ਦੇ ਮਹਾਰਾਜ ਦਾ ਸਬਦ ਪੜ੍ਹਾਉਣ ਵਾਲੀਆਂ ਸਾਹਿਬ ਕਹਿੰਦੇ ਕਦੇ ਵੀ ਵਿਵਾਦ ਨਾ ਕਰੀ ਕਰਤਾ ਕਰੋ। ਮੈਂ ਬੇਨਤੀ ਕਰਾਂ, ਬਹੁਤ ਔਖੀ ਗੱਲ ਹੈ ਜਿਹੜੀ ਸੰਸਥਾ ਨਾਲ ਸੰਬੰਧਿਤ ਹੋਈਏ, ਜੇ ਕੋਈ ਉਹਦੇ ਨਾਲ ਸੰਬੰਧਿਤ ਕਰਕੇ ਕੋਈ ਹਫਤਾ ਬਦਲ ਚੜਾਵੇ ਉਸ ਮਹਾਂਪੁਰਖ ਨਾਲ ਜਾਂ ਕਿਸੇ ਸਿੰਘ ਨਾਲ, ਸਾਡਾ ਦਿਲ ਖੁਸ਼ ਬਹੁਤ ਹੁੰਦਾ ਹੈ। ਜੇ ਕੋਈ ਘਟਨਾ ਕਿਸੇ ਦੂਸਰੇ ਸਾਧੂ ਨਾਲ ਗੁਰਸਿੱਖਾਂ ਨਾਲ ਜੋੜ ਕੇ ਸੁਣਾਈਏ ਕਿ ਅੰਦਰ ਸੂਰ ਜਾਂ ਲੱਗਦਾ ਕਿ ਇਹ ਨਹੀਂ ਹੋ ਸਕਦਾ, ਕਾਰਨ ਇਹ ਚੀਜ਼ਾਂ ਰੱਬ ਦੇ ਰਾਹ ਤੋਂ ਰੁਕਾਵਟ ਦੇ ਚੜ੍ਹਦੀ ਕਲਾ ਵਿੱਚ ਬਹੁਤ ਵੱਡੀ ਕੋਈ ਮੁਸ਼ਕਲ ਨੇ। ਸਤਸੰਗਿਓ, ਇਹਨਾਂ ਚੀਜ਼ਾਂ ਨੂੰ ਭੁੱਲ ਕੇ ਨੇੜੇ ਪਾਉਣ ਦੇ ਹਰ ਬੈਠੇ ਹੋ ਤੇ ਧਰਤੀ ਗੱਲ ਨਾ ਕਰੀਏ। ਜਦੋਂ ਸੰਤ ਬਾਬਾ ਸੁੰਦਰ ਸਿੰਘ ਭਿੰਖਾਂ ਵਾਲਿਆਂ ਨੇ ਬਾਬਾ ਗੁਰਬਚਨ ਸਿੰਘ ਖੁਰਾ ਨੂੰ ਸੇਵਾ ਦਿੱਤੀ ਤੇ ਗੱਲਾਂ ਪੂਰਨੀ ਗਈਆਂ ਤੇ ਉਹਨਾਂ ਚੋਂ ਤਿੰਨ ਗੱਲਾਂ ਮੁੱਖ ਪਈਆਂ ਸਨ, ਭਾਵੇਂ ਬਾਬਾ ਸੁੰਦਰ ਸਿੰਘ ਸਾਹਿਬ ਕੌਣ, ਭਾਵੇਂ ਬਾਬਾ ਜਵਾਲਾ ਸਿੰਘ ਜੀ ਕੌਣ, ਭਾਵੇਂ ਹੁਣ ਬਾਬਾ ਅਨੰਦ ਸਿੰਘ ਜੀ ਤੇ ਭਾਵੇਂ ਹੁਣ ਬਾਬਾ ਕਿਸ਼ਨ ਸਿੰਘ ਜੀ, ਗੱਲ ਇੱਕੋ ਹੀ ਕਰਨਗੇ। ਇਹ ਛੱਲੀ ਵੱਖਰੇ ਇਹਨਾਂ ਨੇ ਤੇ ਨਾ ਨੇ ਸੰਸਥਾਵਾਂ ਦੇ ਪਿੰਡਾਂ ਦੇ ਭਰਤੋ ਵਾਲੇ ਪਿੰਡ ਨੇ, ਭਿੰਡਰਾ ਇੱਕ ਪਿੰਡ ਨੇ, ਮਹਿਤਾ ਇੱਕ ਪਿੰਡ ਨੇ, ਰਾਜੇ ਦੁਰਾਤਾ ਸਤਿਆ ਇੱਕ ਪਿੰਡ ਨੇ, ਨਗਰਾਂ ਦੇ ਨਾਂ ਹੀ ਨੇ ਨਾ, ਗੱਲ ਨਗਰਾਂ ਦੀ ਨਹੀਂ, ਅੰਮ੍ਰਿਤਸਰ ਦੀ ਗੱਲ ਨਹੀਂ। ਅੰਮ੍ਰਿਤਸਰ ਵਿੱਚ ਵਰਤ ਰਹੇ ਗੁਰੂ ਰਾਮਦਾਸ ਪਿਤਾ ਦੀ ਬਖਸ਼ਿਸ਼ ਦੀ ਕਹਾਣੀ ਦੀ ਸਾਧ ਸੰਗਤ ਉੱਧਰ ਵੇਖਣਾ ਚਾਹੀਦਾ ਹੈ। ਬਾਬਾ ਸੁੰਦਰ ਸਿੰਘ ਸਾਹਿਬ ਨੇ ਬਚਨ ਕਹਿ ਸੀ ਤਿੰਨ, ਕਹਿ ਲੈਂਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ, ਤੁਸੀਂ ਤੇ ਸਿੰਘਾਂ ਨੂੰ ਤਿੰਨ ਗੱਲਾਂ ਤੇ ਪਹਿਰਾ ਦਿਆ ਜੇ ਸਦਾ ਚੜ੍ਹਦੀਆਂ ਗੱਲਾਂ ਰਹਿਣਗੀਆਂ। ਪਹਿਲੀ ਗੱਲ ਤੇ ਸੀ, ਕਿਸੇ ਵੀ ਭੇਤ ਦਾ ਕੋਈ ਸਾਧੂ ਸੰਤ ਕਮਾਈ ਪਰਮਾਤਮਾ ਹੋਵੇ ਉਹਦਾ ਪੂਰਾ ਸਤਿਕਾਰ ਕਰਨਾ ਹੈ, ਜਿਵੇਂ ਕਿਸੇ ਆਪਣੇ ਨਾਲ ਕਰੀਦਾ। ਝਾਤ ਮਾਰੋ, ਇਸ ਗੱਲ ਵਿੱਚ ਅਸੀਂ ਕਿੰਨਾ ਨੂੰ ਪੂਰਾ ਉਤਰਦੇ ਹਾਂ, ਉਤਰਦੇ ਹਾਂ ਮੁਬਾਰਕ ਨਹੀਂ ਉਤਰਦੇ ਤੇ ਕਹਿ ਲਓ ਔਖੀਆਂ ਨੇ ਗੱਲਾਂ ਕਰਨੀਆਂ ਸਾਡੇ। ਹੁਣ ਸਾਨੂੰ ਕਿੰਨਾ ਚੰਗਾ ਲੱਗਦਾ ਹੈ ਜਦੋਂ ਆਪਣੀ ਗੱਲ ਹੁੰਦੀ ਸਾਡੇ, ਇਸ ਤਰ੍ਹਾਂ ਤੁਸੀਂ ਦੂਸਰੀ ਸੰਸਥਾ ਨੂੰ ਉਹ ਚੰਗਾ ਲੱਗੇ ਨਹੀਂ। ਮਹਾਰਾਜ ਕਹਿੰਦੇ ਨਹੀਂ, ਕੋਈ ਵੀ ਕਿਸੇ ਭੇਦ ਵਿੱਚ ਕੋਈ ਬੰਦਗੀ ਵਾਲੀ ਰੂਪ ਹੋਵੇ, ਸਤਿਗੁਰਾਂ ਦੇ ਬਚਨ ਨੇ ਨਾ ਸਹਿਬ ਕਹਿੰਦੇ ਕੋਈ ਗਾਵੇ ਉਹ ਸੁਣੇ ਹਰ ਨਾਮ ਚਿਤਲਾ ਕੋਈ ਸ਼ਬਦ ਨਾ ਕਰੋ, ਕੋਈ ਕਹਿੰਦਾ ਕਿਹੜੇ ਰੰਗਾਂ ਵਿੱਚ ਪੂਰਾ ਜੀ
ਆਪਣੇ ਤੋਂ ਦੂਸਰੇ ਨੂੰ ਛੋਟਾ ਬਣਾਉਣ ਦੀ ਕੋਸ਼ਿਸ਼ ਨਾ ਕਰੋ, ਬਹੁਤ ਔਖਾ ਹੈ। ਪਲ ਪਲ ਤੇ ਮਨ ਦੂਸਰੇ ਨੂੰ ਛੋਟਾ ਸਾਬਤ ਕਰਕੇ ਖੁਸ਼ ਹੁੰਦਾ ਹੈ। ਸਾਨੂੰ ਹੁਣ ਪਤਾ ਕੀ ਹੈ, ਸਹਿਲ ਦਿੰਦੇ ਪਵੋ ਚਰਨਾ ਤਲ ਉੱਪਰ ਆਓ, ਐਸੀ ਸੇਵ ਤੁਸੀਂ ਜਾਓ ਪ੍ਰਸ਼ਾਦ ਖਾਣ ਸਕੋ। ਉਹ ਕਹਿੰਦੇ ਡਰ ਗਏ
ਪਤਾ ਸੀ ਤੂੰ ਹਾਰ ਹੀ ਮੰਨਣਾ ਹੀ, ਪਹਿਲੇ ਹਾਰ ਮੰਨ ਲਏ ਉਹਨਾਂ ਨੇ ਸਮਝਾਉਣਾ, ਧਿਆਨ ਹੀ ਤੋੜਨਾ ਅੱਜ ਕੱਲ ਮੇਰੀ ਕੀਤੀ ਤੁਸੀਂ ਬਹੁਤ ਸਾਥ ਦੇ ਰਹੇ ਹੋ, ਬੜਾ ਕੀਮਤੀ ਮੇਰੇ ਲਈ, ਆਪ ਮਾਰੇ ਮੋਰੀਆਂ ਉਹ ਗੱਲਾਂ ਕਰਾਂਗੇ ਜਿਹੜੀਆਂ ਕੱਲ ਨੂੰ ਕੰਮ ਆਉਣਗੀਆਂ। ਧਿਆਨ ਵਿੱਚ ਜਦੋਂ ਕਵੀ ਸੰਤੋਖ ਸਿੰਘ ਜੀ ਨੇ ਟਾਂਗ ਲਾਈ, ਕਹਿ ਲਗੇ ਅੱਛਾ ਭਾਈ ਚਰਚਾ ਕਰਕੇ ਵੇਖ ਲਓ, ਚਰਚਾ ਕੀਤੀ ਕਾਰ ਹੈ। ਕਵੀ ਜੀ ਕਹਿ ਲਗੇ ਮੈਂ ਨਹੀਂ ਸਾ ਚਾਹੁੰਦਾ ਕਿ ਗੁਰੂ ਕੇ ਸਿੱਖ ਦੇ ਕੋਲ ਕੋਈ ਆਵੇ ਤੇ ਉਹਦੀ ਹਾਰ ਹੋਵੇ, ਸਿੱਖ ਦੇ ਕੋਲੋਂ ਕੋਈ ਸ਼ਰਮਿੰਦਾ ਹੋ ਕੇ ਮੁੜੇ। ਸਿੱਖ ਜਾਂਦਾ ਜਿਹੜਾ ਗੁਰੂ ਕੋਲ ਆਵੇ ਉਹ ਵੀ ਜਿੱਤੇ, ਜਿਹੜਾ ਸਿੱਖ ਕੋਲ ਆਵੇ ਉਹ ਜੀਵਨ ਦੀ ਬਾਕੀ ਜਿੱਤ ਕੇ ਕਾ ਹੋਏ। ਜਾਣਦੇ ਸਨ ਗੱਲ ਚੱਲੀ ਤੇ ਹੋਰ ਧਿਆਨ ਕਰਤਾ ਜੀ, ਗੁਰੂ ਰਾਮਦਾਸ ਪਿਤਾ ਨੇ ਇਹਨਾਂ ਸਿੱਖਾਂ ਨੂੰ ਰਾਜ ਦਿੱਤਾ, ਰਾਜੇ ਦਾ ਰਾਜ ਭਾਵ ਦਾ ਮਾਲਕ ਬਣਾਇਆ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ। ਉਹਦਾ ਇੱਕ ਨੇਮ ਸੀ, ਜਦੋਂ ਕਿਸੇ ਵੱਡੀ ਮੁਕੇ ਮਨੂ ਨੇ ਚੜ੍ਹਨਾ ਤੇ ਪਹਿਲਾਂ ਹਰਿਮੰਦਰ ਸਾਹਿਬ ਮੱਥਾ ਟੇਕਣ ਪਾਉਂਦਾ ਸੀ ਪੌਦ ਲੈ ਕੇ, ਜਦੋਂ ਉਹਨੇ ਉਹਨਾਂ ਦਾ ਨਮਸਕਾਰ ਕਰਕੇ ਅਰਦਾਸ ਕਰਕੇ ਤੁਰਨਾ, ਜਦੋਂ ਦੁਸ਼ਮਣ ਵੱਲ ਜਾਣਦਾ ਜੰਗ ਕਰਨ ਸਭ ਤੋਂ ਅੱਗੇ ਉਹਨੇ ਆਪ ਲੱਗਣਾ ਤੇ ਫੌਜਾਂ ਪਿੱਛੇ, ਜਦੋਂ ਜੰਗ ਜਿੱਤ ਕੇ ਵਾਪਸ ਆਉਣਾ ਫੌਜਾਂ ਅੱਗੇ ਲਾਣੀਆਂ ਤੇ ਆਪ ਪਿੱਛੇ ਲੱਗ ਕੇ ਤੁਰਨਾ ਤੇ ਗੁਰੂ ਰਾਮਦਾਸ ਪਿਤਾ ਦੇ ਡਰ ਕੇ ਮੱਥਾ ਟੇਕਣਾ। ਪੁੱਛਣਾ ਐਸਾ ਕਿਉਂ, ਜਿਹੜੇ ਜਾਤੀਆਂ ਰੂਹਾਂ ਨੇ, ਜਿਹੜੇ ਬਚਨ ਬਾਬਾ ਸੁੰਦਰ ਸਿੰਘ ਜੀ ਨੇ ਕਹੇ ਬਾਬਾ ਗੁਰਬਚਨ ਸਿੰਘ ਪੁਰਾਣ ਨੂੰ ਪ੍ਰਕਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਰਲ ਕਥਾ ਨੇ, ਸਾਹਿਬ ਬੋਲਣ ਸਾਧੂ ਬੋਲੇ ਕੋਈ ਵੀ ਬੰਦੀ ਵਾਲੀ ਰੂਹ ਬੋਲੇ ਨੀ ਨਾ, ਉਹ ਸਾਰੇ ਦਰਾਂ ਦਾ ਜ਼ਰੂਰ ਭਰਾ ਕਰਦੇ ਨੇ। ਇਹ ਵੀ ਕੇਵਲ ਉਹਦੇ ਲਈ ਉਹ ਵਚਨ ਹੁੰਦੇ ਨੇ ਤਾਂ ਜੇ ਉਸ ਰਾਤ ਤੁਰਨਾ ਪੁਣਕਾਏ। ਮਹਾਰਾਜ ਰਣਜੀਤ ਸਿੰਘ ਇਹਨਾਂ ਜਦੋਂ ਅਰਦਾਸ ਕਰਕੇ ਤੁਰ ਜਾਣਦਾ ਜਾਣ ਕਰਨ ਆਪ ਅੱਗੇ ਲੱਗਾਂਗਾ, ਫੌਜਾਂ ਪਿੱਛੇ ਨੇ, ਬਗਾਨੇ ਪੁਤਲੀ ਪਰਵਾਨੇ ਕੁਝ ਆਪ ਤੁਰਨਾ ਵਾ। ਜਦੋਂ ਜੰਗ ਦਿੱਤੀ ਗਈ ਮਨ ਵਿੱਚ ਇਹ ਨਾ ਆ ਜਾਵੇ ਰਣਜੀਤ ਸਿੰਘ ਦੇ ਤਾਕਤ ਨਾਲ ਜੰਗ ਦਿੱਤੀਏ, ਫੌਜਾਂ ਦੀ ਇਹਨਾਂ ਦੀ ਤਾਕਤ ਨਾਲ ਜੰਗ ਦਿੱਤੀ, ਮੈਂ ਤੇ ਪਿੱਛੇ ਲਾ ਕੇ ਸੇਵਾਦਾਰ ਬਣ ਕੇ ਆਇਆ ਵਾ। ਚਲੋ ਦੂਸਰਾ ਵਚਨ ਫਿਰ ਧਿਆਨ ਜੋੜਨਾ ਤੁਹਾਨੂੰ ਥੋੜਾ ਔਖਾ ਤੇ ਲੱਗ ਰਿਹਾ, ਪਰ ਜੋੜਨ ਤੋਂ ਗੈਰ ਧਾਰਮਿਕ ਬੰਦੇ ਤੀਜੀ ਗੱਲ ਕਹਿਣ ਤੋਂ ਗਹਿਣਾ ਸਿੰਘਾਂ ਦਾ ਹੁਕਮ ਵੀ ਵਾਹਿਗੁਰੂ ਸ਼ਬਦ ਦਾ ਥੋੜਾ ਜ਼ਿਆਦਾ ਜਾਪ ਕਰੀਏ ਕਰੋ, ਪਹਿਲਾਂ ਫਿਰ ਦੀ ਗੱਲ ਸਾਂਝੀ ਕਰਦੇ ਹਾਂ। ਵਾਹਿਗੁਰੂ ਕਹਿਣਾ ਧਿਆਨ ਵਿੱਚ ਵੀ ਵਾਹਿਗੁਰੂ ਅੱਖਾਂ ਬੰਦ ਕਰਕੇ ਤੇ ਕਹਿਣਾ ਸਤਿਗੁਰੂ ਆਦਿ ਮੇਰੇ ਧਿਆਨ ਵਿੱਚ ਆਓ ਤੇ ਸਦਾ ਹੀ ਆਓ, ਅੰਦਰੋਂ ਕਰਦਾ ਕਰਨਾ ਮਹਾਰਾਜ ਮੇਰ ਕਰਨੇ ਵਾਹਿਗੁਰੂ।
ਹੋ ਤੋ ਬੈਠੀ ਜਿਹੜੀ ਦਿਨ ਰਾਤ ਜਾਗਦੇ ਨੇ ਗੁਰੂ ਕਿਰਪਾ ਕਰੋ ਗੁਰੂ ਰਾਮਦਾਸ ਪਿਤਾ ਜੀ ਤੇ ਉਹਨਾਂ ਤੋਂ ਪ੍ਰਮਾਣ ਤੋਂ ਹੋ ਗਏ ਕੋਈ ਵੀ ਦੋ ਕੇ ਰਾਬਤਾ ਪਿਆਰਾ ਬਚਨ ਚੱਲ ਰਹੇ ਸਨ ਦੂਸਰੇ ਪੇਜ ਦਾ ਪੋਗੇ ਦੂਸਰੇ ਦਾ ਅਦਬ ਸਤਿਕਾਰ ਕਰਨਾ ਆਪ ਨੀਵਾਂ ਹੋ ਕੇ ਵੱਧ ਤੋਂ ਵੱਧ ਬੰਦਰੇ ਕਰਨੀ ਸਾਧ ਸੰਗਤ ਸਹਿਬਦਾ ਵਚਨ ਖੋਲ ਕੇ ਆਏ ਜਿਹਨਾਂ ਸਤਿਗੁਰ ਮੇਰਾ ਪਿਆਰਾ ਪਾਰਾ ਦਿਆ ਇਹ ਜਨ ਦੇਖਾ ਨੈਣੀ ਇਹ ਥੋੜ੍ਹੀ ਜਿਹੀ ਕੌਮ ਵਿੱਚ ਕੁਝ ਲੋਕਾਂ ਨੂੰ ਮੁਸ਼ਕਲ ਪਾ ਰਹੇ ਉਹ ਕਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਉਹਨਾਂ ਨੂੰ ਵੀ ਅਸੀਂ ਮੰਨਦੇ ਉਹ ਕਹਿੰਦੇ ਪਖੰਡ ਆਪ ਬਣ ਜਾਂਦਾ ਹੈ ਇਹ ਅਗਿਆਨਤਾ ਇੱਕ ਰੱਬ ਸੂਰ ਹੋਈ ਨਹੀਂ ਰੱਬ ਨੇ ਸੋਝੀ ਨਹੀਂ ਪਾਈ ਸਾਹਿਬ ਕਹਿੰਦੇ ਜਿਹਨਾਂ ਨੇ ਮੇਰੇ ਸਤਿਗੁਰ ਪਿਆਰੇ ਨੂੰ ਪਾਰਾ ਦਿਆ ਨਾ ਉਹਨਾਂ ਦੇ ਦਰਸ਼ਨ ਕਰੋ ਉਹਨਾਂ ਦੀ ਸੰਗਤ ਕਰੋ ਆਓ ਸੰਗਤ ਬੈਠੀਏ ਜਿਹੜੇ ਕੋਈ ਬੰਦਗੀ ਬਾਤ ਕਰੂ ਆਪਣ ਗੁਰੂ ਕੇ ਪਿਆਰੋ ਨੇ ਜੋ ਦਰਸ਼ਨ ਕਰਨ ਜਾਓਗੇ ਨਾ ਜਿੰਨੀ ਉੱਚੀ ਰੂਹ ਦੇ ਕੋਲ ਬੈਠਾਂਗੇ ਉਨੀ ਛੇਤੀ ਸਾਡਾ ਅੰਦਰ ਪਵਿੱਤਰ ਹੋਏਗਾ ਤੇ ਚਾਲ ਬਣਨਗੇ ਕਦੇ ਵੇਖ ਲੈਣਾ ਤਜਰਬਾ ਕਰਕੇ ਦੁਨੀਆਂ ਕਿਉਂ ਕਹਿੰਦੀ ਗੁਰੂ ਰਾਮਦਾਸ ਜੀ ਦੇ ਘਰ ਜਾ ਰਿਹਾ ਟਿਕਾਊ ਬਣਦਾ ਉਸ ਗੱਲਾਂ ਤੇ ਲੈਕਚਰ ਨਹੀਂ ਨਿਰੋਧ ਗੁਰਬਾਣੀ ਚੱਲਦੀ ਹੈ ਜਿਹੜਾ ਵੀ ਕੋਈ ਜਾਂਦਾ ਹੈ ਉਹਦੇ ਅੰਦਰ ਸ਼ਰਧਾ ਪਹਿਲੇ ਹੀ ਭਰ ਜਾਂਦੀ ਹੈ ਉਸ ਅਸਥਾਨ ਨੂੰ ਵੇਖ ਕੇ ਇੱਥੇ ਭਰ ਲਓ ਇੱਥੇ ਵੀ ਉਹ ਟਿਕਾਊ ਬਣੇਗਾ ਪਰਿਵਾਰ ਦੋ ਬੱਚੇ ਨੇ ਉਹ ਹਸਬੈਂਡ ਵਾਈਫ ਪਤੀ ਪਤਨੀ ਨੇ ਤੇ ਜਿਹੜੀ ਉਹ ਬੱਚਿਆਂ ਦੀ ਮਾਂ ਹੈ ਉਹਦੇ ਵਿੱਚ ਕਹਿੰਦੇ ਬਹੁਤ ਕਿਰਪਾ ਹੈ ਜਿਹੜੀ ਅਵਸਥਾ ਸਾਨੂੰ ਸਾਧੂ ਅਖਵਾਤ ਵੀ ਸਾਡੀ ਬਣ ਰਹੀ ਕਹਿੰਦੇ ਉਹਦੇ ਤੋਂ ਉੱਚੀ ਕਹਾਣੀ ਹੈ ਚਲੋ ਦਰਸ਼ਨ ਕਰਨ ਜਾਈਏ ਹਮੇਸ਼ਾ ਗੁਰੂ ਕਿਰਪਾ ਕਰੋ ਉੱਚਿਆਂ ਦੀ ਉੱਚੇ ਦਾ ਮਤਲਬ ਉਹਨਾਂ ਦੀ ਸੁਰਤ ਉੱਚੀ ਹੈ ਰੱਬ ਦੇ ਨੇੜੇ ਹੈ ਉਹਨਾਂ ਦੇ ਦਰਸ਼ਨ ਕਰੀਏ ਅੰਦਰ ਤਲਾ ਵਰਤੀਏ ਕਿਉਂ ਬਾਰਾਂ ਵਾਰ ਕਰੋ ਨਾ ਹਰ ਮਹੀਨੇ ਸਤਿਗੁਰੂ ਦੋ ਗੱਲਾਂ ਜੋੜ ਕੇ ਕਹਿਣਗੇ ਜੇ ਕੋਈ ਤਰਾ ਦੀਏ ਹੋਵੇ ਆਨੰਦ ਘਣਾ ਸੰਤ ਜਨਾਂ ਨੂੰ ਪਾਈਏ ਚੱਪਣ ਵਾਲੇ ਤਾਂ ਵੀ ਸੰਗਤ ਜ਼ਰੂਰ ਕਰਨੀ ਹੈ ਸਾਨੂੰ ਹੁਕਮੇ ਸਾਰਿਆਂ ਨੂੰ ਚੱਪਣ ਨਾਲ ਨਹੀਂ ਜਾਪਦੇ ਗੁਰਦੁਆਰੇ ਬਣਦੇ ਜਪਣ ਲਈ ਜਪ ਕੇ ਮਹਾਰਾਜ ਦੀ ਮਿਹਰ ਲੈਣ ਲਈ ਜੇ ਇਹ ਚੌਧਰਾਂ ਦੇ ਅੱਡੇ ਬਣ ਜਾਣ ਤੇ ਫਿਰ ਕੀ ਨਿਕਲਣਾ ਗੁਰੂ ਘਰਾਂ ਤੋਂ ਤੇ ਸਾਡੀਆਂ ਆਪਣੀਆਂ ਗਲਤੀਆਂ ਨਹੀਂ ਤਾਂ ਮਹਾਰਾਜ ਮੇਰ ਕਰਨ ਮੈਂ ਬੇਨਤੀ ਕਰਦਾ ਸੰਸਾਰ ਸੰਗਤ ਉੱਥੇ ਬਾਬਾ ਗੁਰਬਚਨ ਸਿੰਘ ਜੀ ਜਾਣਦੇ ਨੇ ਇਸੇ ਤਰ੍ਹਾਂ ਬਾਬਾ ਸੁੰਦਰ ਸਿੰਘ ਸਾਹਿਬ ਜੀ ਬਾਰੇ ਵੀ ਗੱਲ ਅਸੀਂ ਪੜ੍ਹਦੇ ਹਾਂ ਉਹ ਗਾਇਕਾਂ ਦੀ ਗੱਲ ਕਰਦਾ ਸਾਂ ਕਿਉਂਕਿ ਸਾਥੀਆਂ ਬਹੁਤ ਨੇ ਕਈ ਵਾਰ ਦੂਸਰੇ ਮਹਾਂਪੁਰਸ਼ਾਂ ਦੀ ਨਾ ਪ੍ਰਵਾਹ ਕਰਿਆ ਕਰੋ ਬਾਬਾ ਸੁੰਦਰ ਸਿੰਘ ਸਾਹਿਬ ਨੂੰ ਬਾਤ ਕਰਾਂ ਸਾਂਝੀ ਕਰ ਲਵਾਂ ਜਦੋਂ ਗਏ ਉਸ ਘਰ ਦੀ ਦਰਸ਼ਨ ਕੀਤੇ ਕਿੰਨਾ ਸਮਾਂ ਉਹ ਬੈਠ ਕੇ ਵਾਪਸ ਮੁੜੇ ਸਿੰਘ ਪੁੱਛਦੇ ਮਹਾਂਪੁਰ ਕੋ ਕਿ ਬੀਬਾ ਜਿਸ ਨੂੰ ਮਿਲਦੇ ਨੇ ਘਰ ਦੇ ਚੁਬਾਰੇ ਤੇ ਰਹਿੰਦੇ ਪਰ ਇਹਦੀ ਮਹਿਮਾ ਬੜੀ ਹੈ ਤੁਹਾਨੂੰ ਇਜਾਜ਼ਤ ਮਿਲਦੀ ਦੱਸੋ ਨਾ ਭਲਾ ਇਹਨਾਂ ਦੀ ਕਿੰਨੀ ਉੱਚੀ ਅਵਸਥਾ ਦੀ ਕੀ ਕਹਾਣੀ ਹੈ ਉਹਨਾਂ ਨੇ ਵਚਨ ਕੀਤਾ ਸੀ ਇਹ ਜਦੋਂ
ਆਪ ਦੀ ਬਾਣੀ ਪੜ੍ਹਦੇ ਸਨ। ਬੱਚੀ ਨੇ ਵੇਖਿਆ ਦੋ ਬੱਚੇ ਵੀ ਕਰਨ ਹੁਣ ਥੋੜੇ ਹੋਰ ਸਵਾਲ ਦੇ। ਇੱਕ ਦਿਨ ਕਹਿੰਦਾ ਕਿ ਪਤੀ ਜੀਓ, ਮੈਂ ਕ੍ਰਿਸ਼ਤ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਆਏ ਤੁਹਾਡੀ ਖੁਸ਼ੀ ਹੈ, ਹੁਣ ਮੈਂ ਚਾਹੁੰਦੀ ਹਾਂ ਮੈਂ ਪਤੀ ਪਰਮਾਤਮਾ ਨੂੰ ਰਿਝਾ ਦੇਵਾਂ, ਖੁਸ਼ ਕਰਨਾ ਵਾ, ਤੁਹਾਡੀ ਮਦਦ ਦੀ ਲੋੜ ਹੈ, ਇਹਨਾਂ ਨੂੰ ਪ੍ਰਮਾਣ ਹੈ, ਮੈਂ ਸਾਰਾ ਕੰਮ ਕਾਰ ਸੁਹਾਗਣਾ ਬੱਚੇ ਵੀ ਘਰ ਵਿੱਚ ਹੀ ਚੁਬਾਰਾ ਬਣਾ ਕੇ ਬੰਦਗੀ ਕੀਤੀ। ਮਹਾਂਪੁਰਖ ਕਹਿੰਦੇ ਇਸ ਉੱਚੀ ਖੇਡ ਦੀ ਮਾਲ ਗ੍ਰਾਮੇ ਘਰ ਵਿੱਚ ਬਣਾ ਦਿੱਤਾ ਹੈ। ਸਾਨੂੰ ਕਦੇ ਦੂਸਰੇ ਤੋਂ ਜਾਣਾ ਦੇ ਦਰਸ਼ਨ ਕਰਨ। ਖੈਰ ਚਲੋ ਬਚਨ ਗੁਰੂ ਸੰਗਿਆ ਨੂੰ ਗੁਰਬਚਨ ਸਿੰਘ ਦਾ ਸਾਂਝਾ ਕਰਾਂ। ਉਹਨਾਂ ਨੇ ਪੁੱਛਿਆ ਸੀ ਇੱਕ ਵਾਰ ਇੱਕ ਸਿੰਘ ਨੇ ਕਿ ਕਾਫੀ ਕਿਰਪਾ ਸੀ, ਰਸ ਬਣਿਆ ਹੋਇਆ ਸੀ, ਅਚਾਨਕ ਰਸ ਟੁੱਟ ਗਿਆ। ਦੋ ਤਰੀਕੇ ਹੁੰਦੇ ਨੇ ਸਾਧ ਸੰਗਤ, ਇੱਕ ਜਿਹੜੇ ਸ਼ਰਾਬ ਨੇ ਤੁਰਿਆ ਬੰਦਗੀ ਵਾਲਿਆਂ ਦੀ ਸੰਗਤ ਕਰੇ, ਉਹ ਸ਼ਰਾਬ ਛੱਡੇਗਾ, ਨਸ਼ੇ ਛੱਡੇਗਾ, ਅੰਮ੍ਰਿਤ ਛੱਡੇਗਾ, ਗੁਰੂ ਘਰ ਪਾਉਣ ਲੱਗ ਪਏਗਾ, ਉਸਦਾ ਵਿਸ਼ਵਾਸ ਰੱਬ ਤੇ ਬਣਦਾ, ਇੱਕ ਤਾਂ ਇਹ ਲਾਭ ਹੁੰਦਾ ਬੰਦਗੀ ਵਾਲਿਆਂ ਦੀ ਸੰਗਤ। ਦੂਸਰਾ ਜਿਹੜਾ ਤੁਰਿਆ ਕੋਈ ਨਾਮ ਜਪਦੇ ਅੰਮ੍ਰਿਤ ਧਾਰੇ, ਉਹਨੇ ਰੱਬ ਦਾ ਪਹੁੰਚਣਾ। ਉਹਨਾਂ ਮਹਾਂਪੁਰਖਾਂ ਨੇ ਅਨੁਭਵ ਕੀਤਾ ਤਜਰਬਾ, ਸਾਨੂੰ ਤਜਰਬਾ ਨੇ, ਉਹਨਾਂ ਦੇ ਤਜਰਬੇ ਤੋਂ ਲਾਭ ਉਠਾ ਕੇ ਅਸੀਂ ਛੇਤੀ ਮੰਜ਼ਿਲ ਤੇ ਪਹੁੰਚਾਂਗੇ। ਤਾਂ ਸਾਨੂੰ ਭਟੀ ਭੁਟ ਕਹਿੰਦੇ ਸੰਤਾਂ ਨਾਲ ਕਰ ਰਿਸਦਾਰੋ, ਮੈਂ ਸਾਫ਼ ਸੁਭਾਅ ਵਾਤਾਂ ਲਵੇ ਨਾ ਸੰਤ ਭੇਟੈ, ਹਰ ਸੋਏ ਜੇ ਕੋ ਸਾਧੂ ਭੇਟੀਏ ਸੋ ਦਰਜੇ ਹੋਏ ਖਲਾਸ। ਉਹਨਾਂ ਬੇਨਤੀ ਕੀਤੀ ਸਿੰਘ ਨੇ ਬਾਪੂ ਬਚਨ ਸਿੰਘ ਸਾਹਿਬ ਨੂੰ, ਮਹਾਂਪੁਰਖੋ ਰਸ ਬਣਿਆ ਅਚਾਨਕ ਟੁੱਟ ਗਏ, ਭਰੇਦੀ ਹੋਇਆ। ਉਹ ਕਹਿੰਦੇ ਨੇ ਚਾਰ ਕਾਰਨ ਹੁੰਦੇ ਨੇ ਅੰਦਰ ਨਿਗਾ ਮਾਰ ਕੀ ਹੋਵੇ, ਜਦੋਂ ਬੰਦੇ ਨੂੰ ਸੋਝੀ ਨਾ ਹੋਵੇ, ਹਰ ਦੂਸਰੇ ਤੇ ਉਂਗਲ ਉਤਾਰੇਗਾ ਉਹਦਾ ਦੋਸ਼ ਹੈ, ਤਾਂ ਇਹ ਮੇਰਾ ਨੇਤਰ ਟੁੱਟ ਗਿਆ, ਤਾਂ ਮੇਰਾ ਤੁਰਾ ਅੰਦਰੋਂ ਰਸ ਟੁੱਟ ਗਿਆ, ਦੂਜਾ ਨਹੀਂ ਤੂੰ ਕਾਰਨ ਬਣਦਾ, ਕਾਰਨ ਅਸੀਂ ਖੁਦ ਬਣਦੇ ਹਾਂ। ਸਾਡਾ ਧਿਆਨ ਆਪਣੇ ਤੇ ਪਾਉਂਦਾ ਨਹੀਂ, ਔਖਾ ਹੈ ਆਪਣੀਆਂ ਗਲਤੀਆਂ ਵੇਖਣੀਆਂ, ਹੋਗਣ ਵੇਖਣੇ। ਉਹ ਕਹਿਣ ਲੱਗੇ ਜਾਂ ਪਹਿਲੀ ਗੱਲ ਸਿੰਘਾ ਦੱਸ, ਨੇਤਰੇ ਬਦਲੀ ਕਰਦਿਆਂ ਹੁਣ ਧਾਰ ਤੇ ਹੀ ਪਾਉਣ ਲੱਗ ਪਿਆ, ਬਾਕੀਆਂ ਦਾ ਕੁਝ ਵੀ ਨਹੀਂ, ਤੇ ਆਪਾਂ ਅੰਮ੍ਰਿਤ ਵੇਲੇ ਤੋਂ ਲੈ ਰਾਤ ਦਾ ਕਿੰਨੇ ਕਿੰਨੇ ਪਾਠ ਕਰਦੇ ਹਾਂ। ਕਹਿ ਲੈਂਦੇ ਕਿ ਮਹਾਰਾਜ ਨੇ ਬਚਾਇਆ ਕਿ ਚਾਲ ਅਜੇ ਨਹੀਂ ਆਇਆ। ਕਹਿੰਦੇ ਦੇ ਨਾਲ ਵੀ ਰੱਬ ਰਾਤ ਹੁੰਦਾ ਨੀ ਵੇਲੇ ਪਾਠ ਕਿੰਨੇ ਕਰਦਾ, ਉਹ ਕਹਿੰਦੇ ਸਾਡੀ ਦਾਤਾ ਵੀ ਧਾਰ ਤੇ ਨਹੀਂ ਜਾ ਰਹੇ, ਪਾਠ ਅਸੀਂ ਕਰਵਾ ਰਹੇ ਹਾਂ, ਇਹ ਕਿੰਨਾ ਮੈਂ ਕਰਦਾ ਵਾ, ਜੇ ਆਪਾਂ ਕਰਨ ਯੋਗੇ ਹੋਈਏ ਅਸੀਂ ਵਿਸ਼ਵਾਸ ਜਪੀਏ, ਨਹੀਂ ਅਸੀਂ ਕਰਨ ਯੋਗੇ, ਉਹ ਜਿੰਨੀ ਮਿਹਰ ਕਰਕੇ ਕਰਵਾਉਂਦੇ ਨੇ ਉਹਨਾਂ ਤੋਂ ਸਾਡੇ ਤੋਂ ਪਾਠ ਹੁੰਦਾ ਹੈ, ਉਹ ਆਪ ਕਰਵਾਉਂਦੇ ਨੇ। ਭਗਤ ਕਬੀਰ ਸਾਹਿਬ ਨੇ ਕਿਹਾ ਸੀ ਨਾ, ਰੱਬਾ ਕੀ ਕਰਾਂ, ਮਹਿੰਦੀ ਵਾਂਗੂ ਕੀ ਸਿਆਣਾ, ਇੰਨੀ ਬੰਦਗੀ ਕੀਤੀ ਹੈ, ਅਜੇ ਤੱਕ ਤੂੰ ਮਿਲਿਆ ਕੋਈ ਨਹੀਂ, ਇਹ ਮਿਹਨਤ ਦਾ ਮੁੱਲ ਕੋਈ ਨਹੀਂ। ਰੱਬ ਨੇ ਲਗਾ ਕਬੀਰ ਜੀ, ਇਹ ਮਿਹਨਤ ਤੂੰ ਨਹੀਂ ਕੀਤੀ, ਅਸੀਂ ਤੇਰੇ ਤੋਂ ਇੰਨੀ ਕਰਵਾਈਏ, ਸਭ ਰਾਤ ਆਪਾਂ ਆਵਾਂਗੇ ਤੇਰੇ ਕੋਲ। ਉਹ ਕਹਿ ਸਮਾਪੁਰਸ਼ ਕਹਿ ਲੱਗੇ ਜੀ, ਤੁਸੀਂ ਹੰਕਾਰ ਤੋਂ ਬਚੋ, ਦੂਸਰਾ ਕੰਮ ਹੁੰਦਾ ਆਲਸ, ਮਾਇਆ ਆਲਸ ਬਣ ਕੇ ਆਉਂਦੀ, ਅੱਜ ਥੋੜਾ ਨਿਤਰੂ ਕੱਢਿਆ, ਕੱਲ ਹੋਰ ਕੱਢਿਆ, ਅੱਗੇ ਪਿੱਛੇ ਹੋ ਗਿਆ, ਉਹਦੇ ਨਾਲ ਵੀ ਉਹ ਰਹਿਮਤ ਟੁੱਟਦੀ ਹੈ। ਕਹਿਣ ਲੱਗੇ ਉਧਰੋਂ ਸਤਿਗੁਰੂ ਜੀ ਨੇ ਬਚਾ ਕੇ ਰੱਖਿਆ ਹੈ। ਤੀਸਰਾ ਕਾਰਨ ਫਿਰ ਹੋਏਗਾ,
ਇਹ ਜਿਹੜੀ ਨਾ ਰੱਬੀ ਤਾਕਤ ਹੈ, ਥੋੜ੍ਹਾ ਜਿਹਾ ਸਿਆਣੇ ਸਮਝਣਗੇ ਬੱਚਿਆਂ ਨੂੰ ਇਸ ਗੱਲ ਦਾ ਇਹ ਪਤਾ ਲੱਗਣਾ, ਈਸ਼ਾ ਤਾਕਤ ਦੇ ਮਨ ਪੈਸਾ ਇੱਕ ਤਾਕਤ ਦੇ, ਖੁਰਾਕ ਇੱਕ ਤਾਕਤ ਦੇ, ਬੰਦਗੀ ਇੱਕ ਤਾਕਤ ਦੇ, ਤਾਕਤ ਨੂੰ ਜਰਨੀ ਵੀ ਅੰਦਰ ਉਹ ਜਾ ਚਾਹੀਦਾ ਹੈ। ਪਦਾਰਥ ਠੰਡੇ ਛੱਡਣੇ, ਵਾਤਾ ਨੂੰ ਸੋਹਣਾ ਰੱਖਣਾ, ਕਈ ਵਾਰ ਇਹ ਤਾਕਤ ਜੇ ਨਾ ਜਰੀਏ ਵਿਕਾਰਾਂ ਜਨਮ ਦੇ ਠੀਕ ਹੈ। ਪੰਜਾਂ ਤੋਂ ਕੋਈ ਸਿਰ ਕਾਬੂ ਆ ਗਏ, ਭਾਵੇਂ ਕੋਈ ਨਿਕ ਹੋਵੇਗਾ, ਉਸ ਤਾਕਤ ਨੂੰ ਨਾ ਸਵਾਦਨ ਕਰਕੇ ਪੁਰਾਣੇ ਸਿੱਖ ਸਿੰਘ ਜਿਹੜੇ ਉਹ ਰਾਸ ਜ਼ਰੂਰ ਕਰਿਆ ਕਰਦੇ ਸਨ, ਮਹਾਰਾਜ ਅਜਾਤ ਨੂੰ ਜਨਮ ਦੀ ਤਾਕਤ ਦੇਵੇ ਤੇ ਨਾਲ ਹੱਥੀਂ ਸੇਵਾ ਜ਼ਰੂਰ ਕਰਦੇ ਸਨ। ਜਿਹੜਾ ਬੰਦਾ ਨਾਮ ਲੱਗਦਾ ਹੱਥੀਂ ਸੇਵਾ ਕਰਨ ਨਾਲ ਉਹਦੀ ਜਨਮ ਦੀ ਸ਼ਕਤੀ ਹਮੇਸ਼ਾ ਵਧੇਗੀ, ਜਿਹੜਾ ਇਕੱਲਾ ਲੱਗਦਾ ਸੇਵਾ ਨਹੀਂ ਕਰਨਾ ਉਹਦੀ ਜਨਮ ਦੀ ਸ਼ਕਤੀ ਘੱਟ ਹੋਏਗੀ। ਸੇਵਾ ਦਾ ਅੰਦਰ ਵੇਸ ਬਣਦਾ। ਗੱਲਾਂ ਚੰਗੀਆਂ ਦੀ ਹੋਰ ਬੇਨਤੀ ਕਰਾਂ, ਜਿਹੜੇ ਲੋਕ ਸਿਮਰਨ ਕਰਦੇ ਸਿੱਧਾ ਧਿਆਨ ਅਤੇ ਤ੍ਰਿਗੁਰੀ ਧਰਦੇ ਨੇ, ਹੰਕਾਰ ਵਧੇਗਾ, ਜਿਹੜੇ ਹਿਰਦੇ ਚ ਰੱਖਣਗੇ ਉਹਦਾ ਵੇਸ ਬਣੇਗਾ ਨਿਮਰਤਾ ਪਾਵੇਗੀ। ਉਹ ਚੀਜ਼ ਉੱਪਰ ਨੂੰ ਜਾਂਦੀ ਥੱਲਿਓ ਜਾ ਕੇ ਫਿਰ ਮੱਥੇ ਤੇ ਜਾਣਾ ਉਹ ਬਖਸ਼ਿਸ਼ ਹੋਏਗੀ। ਸਿੱਧਾ ਨਹੀਂ, ਹਰ ਚੀਜ਼ ਦਾ ਕੋਈ ਮਤਲਬ ਹੁੰਦਾ ਢੂੰਡਾ। ਉਹ ਸਿੰਘ ਕਹਿਣ ਲੱਗਾ ਜੀ ਇਸ ਚੀਜ਼ ਤੋਂ ਮਹਾਰਾਜ ਨੇ ਬਚਾ ਆਏ। ਫਿਰ ਕਹਿੰਦੇ ਚੌਥਾ ਕਾਰਨ ਇਹ ਜਿਹੜੇ ਕੋਈ ਗੁਰਮੁਖ ਰੂਪ ਰਾਤ ਨੂੰ ਜੋੜਨ ਵਾਲੀ ਸੀ, ਜਿਹਨੇ ਜੋੜਿਆ ਉਹਦੇ ਪ੍ਰਤੀ ਤੁਹਾਡੇ ਅੰਦਰੋਂ ਸਤਿਕਾਰ ਘਟਿਆ ਹੋਏਗਾ, ਮਾੜੇ ਚਾਲ ਪਾਏ ਕਹਿੰਦੇ ਕਿ ਆਇਆ ਹੈ। ਕਹਿੰਦੇ ਬਸ ਚਾਲਾਂ ਤੋਂ ਕੋਈ ਕਾਰਨ ਲੱਗਿਆ ਗੁਰੂ ਤੋਂ ਰਾਸ ਮੁੱਟੇ। ਮੇਰੀ ਗੱਲ ਰਾਸ ਮੰਗੀਏ ਕੌਣਾਂ ਚ ਸ਼ੁਰੂ ਹੋਵੇ, ਜੇ ਆਪ ਨੂੰ ਮੁੱਟ ਲੈ ਤੇ ਫਿਰ ਪਿਆਰੇ ਗੱਲਾਂ ਨੂੰ ਸਾਧੂ ਦੱਸਣਗੇ ਨਾ ਤਰਾਈ ਬਾਰੇ ਵੀ ਕੀ ਕਾਰਨ ਬਣਦਾ। ਆਪ ਪਰਮੇਸ਼ਰ ਨੇ
ਆਪਣੇ ਸਤਿਗੁਰੂ ਹੋਰ ਪਿਆਰੇ ਲੱਗਦੇ, ਹੋਰ ਅੰਦਰੋਂ ਖਿੱਚ ਪਾਉਂਦੇ ਕਰਨ। ਕਰਿਓ ਥੋੜਾ ਸਮਾਂ ਜੋ ਬਾਕੀ 5-4 ਮਿੰਟ ਬੇਨਤੀ ਕਰਕੇ ਸਮਾਪਤੀ ਕਰਾਂ। ਸੰਤ ਗਿਆਨੀ ਪ੍ਰਭਜਨ ਸਿੰਘ ਜੀ ਖਾਲਸਾ ਦਾ ਸਮਾਂ 1902-1969 ਤੱਕ ਦਾ ਹੈ। ਸੰਤ ਬਾਬਾ ਸੁੰਦਰ ਸਿੰਘ ਖੁਰਾ ਦਾ ਸਰੀਰ 1883 ਤੋਂ 1932 ਤੇ ਸੰਤ ਬਾਬਾ ਪ੍ਰਤਾਪ ਸਿੰਘ ਖੁਰਾ ਦਾ ਤੁਸੀਂ ਜਾਣਦੇ ਹੋ 1932 ਤੋਂ 1977 ਵਾਹਿਗੁਰੂ। ਮੈਂ ਬੇਨਤੀ ਕਰ ਲੱਗਾ ਸਭ ਆਪਾਂ ਗੁਰਬਚਨ ਸਿੰਘ ਖੁਰਾ ਦਾ ਸਮੇਂ ਦਰਮਿਆਨ ਜਦੋਂ ਮਹਾਰਾਜ ਜੀ ਨੇ ਸਾਧੂ ਬਣਾਇਆ, ਸਾਧੂ ਨੂੰ ਚੋਲਾ ਪਾ ਕੇ ਜਾਂ ਕਿਸੇ ਟਕਸਾਲ ਵਿੱਚ ਰਹਿ ਕੇ ਨਹੀਂ ਬਣੇ, ਕਮਾਈਆਂ ਕੀਤੀਆਂ ਲੋਕਾਂ ਨੇ। ਵਾਹਿਗੁਰੂ ਲੋਕ ਰੰਗਲੀਏ ਵਿੱਚ ਸਾਧੂ ਤੇ ਕਹਿੰਦੇ ਅੱਜ ਦੇ ਲੋਕ ਉਹ ਰੱਬ ਦੇ ਲੋਕ ਨੇ। ਇਹ ਤਾਂ ਸਾਰੇ ਮਹਾਂਪੁਰਖਾਂ ਦੀ ਗੱਲ ਕਰ ਲੱਗਾ ਸਾਂ। ਅੰਦਰ ਚਾਉ ਸੀ 4.5 ਸਾਲ ਦੀ ਉਮਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਲਾਣ ਲੱਗੇ, 7 ਸਾਲ ਦੀ ਉਮਰ ਵਿੱਚ ਪਾਠੀ ਬਣ ਚੁੱਕੇ ਸਨ। ਬਾਬਾ ਸੁੰਦਰ ਸਿੰਘ ਨੂੰ ਮਿਲਣ ਤੋਂ ਪਹਿਲਾਂ ਸੈਂਕੜੇ ਪਾਠ ਸੀ, ਸਹਿਜ ਪਾਠ ਦੇ ਹੋ ਚੁੱਕੇ ਸਨ। ਜਦੋਂ ਉਹਨਾਂ ਨੇ ਸੇਵਾ ਮਿਲੀ ਹੈ ਫਿਰ ਵੇਖਿਆ ਨਾ ਅੰਦਰ ਚਾਉ ਸਿੰਘ ਹੋਰ ਕਮਾਈ ਕਰੀਏ, ਹੋਰ ਕਮਾਈ ਕਰੀਏ। ਜਦੋਂ ਬਾਬਾ ਸੁੰਦਰ ਸਿੰਘ ਖੁਰਾ ਨੇ ਵੀ ਪਿਆਰੋ ਪਿੰਡਾਂ ਵਿਖੇ ਵੀ ਸਿੰਘਾਂ ਕੋਲ ਸਵਾਲ ਜਪਜੀ ਦਾ ਪਾਠ ਕਰਾਉਣਾ ਸੀ ਤੇ ਉਦੋਂ ਪਾਠ ਕਰਦਿਆਂ ਇੱਕ ਦਿਨ ਅੰਦਰ ਤੁਰਨੇ ਆਇਆ ਏ ਕਿ ਕਿਤਨੀਆਂ ਕਰਮ ਭੂਮੀ ਮੇਲ ਕੇਤੀ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ। ਬਈ ਕਈ ਇੰਦਰ ਨੇ ਕਈ ਚੰਦਰਮਾ ਕਈ ਵਿਸ਼ਨ ਚੁਰਕੇਸ ਪੁਰਨਾ ਆਇਆ ਕਿ ਉਹ ਤਾਂ ਇੱਕ ਸ਼ਿਵ ਜੀ ਇੱਕ ਵਿਸ਼ਨੂੰ ਭਗਵਾਨ ਦੇ ਦ੍ਰਿਸ਼ ਨੇ ਮਾਰ ਦੇਵੇ ਕਈ ਨੇ ਇਹ ਕਿਵੇਂ ਹੋ ਸਕਦਾ ਏ। ਸੁਰਤੀ ਬਹੁਤ ਰੱਬ ਦੇ ਨੇੜੇ ਹੋਣ ਕਾਰਨ ਜੈਸਾ ਸਤਿਗੁਰ ਸੁਣੀਦਾ ਤੈਸੋਈ ਮੈਂ ਦੀਪ ਦਾ ਵੇਖੋ ਸੁਣਿਆ ਸੀ ਮਹਾਰਾਜ ਦੇ ਬਕਾ ਦੇ ਚਮਕੌਰ ਸਾਹਿਬ ਚਲੇ ਗਏ। 40 ਦਿਨ ਰਾਤ ਦੇ 8 ਵਜੇ ਤੋਂ ਲੈ ਕੇ ਸਵੇਰ ਦੇ 4-5 ਵਜੇ ਤੱਕ ਗੁਰ ਸਾਹਿਬ ਸਲੋਕ ਜਪਜੀ ਦੇ ਪਾਠ ਕਰਨੇ, ਅੰਦਰ ਪੁਰਨਾ ਬਣਾ ਲਿਆ, ਦਰਸ਼ਨ ਕਰਕੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ 40 ਦਿਨ ਲੰਘ ਗਏ, ਦਰਸ਼ਨ ਕੋਈ ਨਾ ਹੋਏ। 40 ਦਿਨ ਪਾਉਂਦਾਏ ਤੇ ਕਹਿੰਦੇ ਸਤਿਗੁਰੂ ਕੋਲ ਅਰਦਾਸ ਬੇਨਤੀ ਚਾਹੀ ਰਹੀ ਅੰਦਰੋਂ ਮਹਾਰਾਜ ਹੋਰ ਕੀ ਕਰੀਏ ਤੇਰੇ ਦੀਦਾਰਾਂ ਦੇ, ਸਾਡੇ ਕੋਲ ਇਹ ਚਾਰਨ ਵਾਂਗੂ ਬਾਣੀ ਪੜ੍ਹੀਏ ਪੜ੍ਹਦੇ ਹਾਂ। ਮੇਰ ਤਾਰ ਤਰਸ ਤਾਰ ਕਰੇ ਤੂੰ ਦਾਵਾ ਨਹੀਂ ਕਰ ਸਕਦਾ, ਮੇਰਾ ਸਿਮਰਨ ਕਰਕੇ ਰੱਬ ਦਾ ਗੁਰੂ ਦੇ ਦਰਸ਼ਨ ਕਰ ਸਕਦੇ ਨਹੀਂ, ਸਿਮਰਨ ਕਰਕੇ ਬਾਣੀ ਪੜ੍ਹ ਕੇ ਕੇਵਲ ਅਸੂ ਦੇ ਚਰਨਾਂ ਚ ਡਿੱਗਦੇ ਹਾਂ, ਡਿੱਗਦੇ ਅਰਦਾਸ ਕਰਨ ਬੇਨਤੀ ਹੈ। ਡਿੱਗਣ ਲਈ ਸਾਰਾ ਕੁਛ ਚਾਹੀਦਾ ਹੈ, ਹੰਕਾਰ ਡਿੱਗੇ ਅੰਦਰ ਝੁਕੇ ਉਹ ਤਰਸ ਕਰਕੇ ਪਾਉਂਦਾ ਜਰੂਰ ਮਿਲਿਆ, ਕਿਸੇ ਦੀ ਕਮਾਈ ਵੇਖ ਕੇ ਨਹੀਂ ਤਰਸ ਕਰਕੇ ਜਰੂਰ ਮਿਲਿਆ। ਉਹਨੇ ਕਿਹਾ ਤੇਰੇ ਤਰਸ ਕਰਕੇ ਆਗੇ ਮੇਰੀ ਕਮਾਈ ਨਹੀਂ ਸੀ, ਉਹ ਕਹੇਗਾ ਬਾਕੀ ਕਹਿਣਗੇ ਬਹੁਤ ਕਮਾਇਤਾ ਨੇ। ਖੈਰ ਜਦੋਂ ਜਿਹਨੂੰ ਮਿਲਿਆ ਉਹ ਕਹੇਗਾ ਜੀ ਮੇਰਾ ਗੁਣ ਕਾਉਣ ਕੱਚ ਨਾ ਵਿਚਾਰਿਆ ਬਖਸ਼ ਲਿਆ ਕਿਰਮਾਈ ਉਹਨੂੰ ਕੀ ਬਖਸ਼ ਦਿੱਤਾ ਮੇਰੇ ਸਤਿਗੁਰ ਜੀ ਨੇ। ਬਾਬਾ ਗੁਰਬਚਨ ਸਿੰਘ ਖੁਰਾ ਨੂੰ
ਰਾਤਾਂ ਨੂੰ ਪਾਣੀ ਚ ਭਰੋ ਕੇ ਬੰਦਗੀ ਜਦੋਂ ਕੀਤੀ ਪੰਜ ਤਾਂ ਨੀਂਦ ਨਾ ਆਵੇ ਸ਼ਹੀਦਾਂ ਦੀ ਜਗ੍ਹਾ ਏ ਪਵਿੱਤਰ ਧਰਤੀ ਉਹ ਚੀਜ਼ਾਂ ਮਦਦ ਕਰਦੀਆਂ ਸਾਰੀਆਂ ਸੁਰਤੀ ਲਈ ਬਾਹਰੋਂ ਕੇਵਲ ਕਿੱਟਾਂ ਹੀ ਨੇ ਅੰਦਰ ਸੁਰਤੀ ਪਤਾ ਹੁੰਦਾ ਹੈ ਇਹ ਚੀਜ਼ਾਂ ਦੀ ਕੀ ਮਹਾਨਤਾ ਹੈ ਐਵੇਂ ਸਾਧੂ ਹਜ਼ੂਰ ਸਾਹਿਬ ਨੂੰ ਭਜਦੇ ਉੱਚੇ ਬੰਦਗੀ ਕਰੀਏ ਕੇਵਲ ਇਕਾਂਤ ਹੀ ਹੁੰਦੀ ਇਕਾਂਤ ਦਾ ਹੋਰ ਗੁਰੂ ਦੇ ਬਚਨ ਤੇ ਬਖਸ਼ਾਂ ਦੇ ਉਸ ਮਿੱਟੀ ਦੇ ਜਰੇ ਜਰੇ ਵਿੱਚ ਉਹ ਚੀਜ਼ ਪਈ ਹੁੰਦੀ ਹੈ ਉਹ ਲਾਭ ਦਿੰਦੀ ਹੈ ਜਿਹਨੇ ਪ੍ਰੇਰਣਾ ਤੋੜੇ ਇਹਨਾਂ ਨੇ ਬੇਨਤੀ ਕੀਤੀ ਕਹਿੰਦੇ ਅਖੀਰਲੇ ਦਿਨ ਕਾਲੀ ਤਖਤਾਂ ਜੀ ਸ਼ਹੀਦ ਸਿੰਘਾਂ ਦੇ ਸਮੇਤ ਆਏ ਖੜੇ ਕਹਿੰਦੇ ਤੂੰ ਹੀ ਆਲਾ ਡੱਬੀ ਵਿੱਚ ਜਦੋਂ ਗਏ ਹਾਂ ਹੋਰ ਕਹਿੰਦੇ ਹੋਰ ਕੋਈ ਸੋਚ ਮੁੱਕ ਨਹੀਂ ਰਹੀ ਜਿਹੜੀ ਉਂਗਲਾਂ ਦੇ ਪੋਟੇ ਨੂੰ ਕਲਮੀਆਂ ਮਾਰੇ ਟਿਕਾਣੇ ਸਾਡੇ ਇਸ ਰਾਤ ਨੂੰ ਛੋਏ ਉਹਦੀ ਯਾਦ ਤੇ ਸਵਾਦ ਕੇ ਉਹ ਯਾਦ ਹੈ ਹਾਂ ਜਿਨ ਚੱਕਿਆ ਸਿਰ ਭੈ ਸਵਾਦ ਇਸ ਰਾਤ ਜਿਹਨੇ ਕੋਲ ਚੱਕਿਆ ਉਹਨੂੰ ਸਵਾਦ ਹੀ ਚੇਤਾ ਰਹਿੰਦਾ ਬਾਕੀ ਹੋਰ ਕੁਝ ਵੀ ਚੇਤਾ ਰਹਿੰਦਾ ਪਿਆਰੇ ਅੱਜ ਲੋੜ ਹੈ ਆਪਾਂ ਰਲ ਮਿਲ ਕੇ ਜਿੰਨਾ ਵੀ ਸਮਾਂ ਬਚ ਰਿਹਾ ਝੱਲਿਆ ਜੇ ਇੱਕ ਦੂਸਰੇ ਨੂੰ ਮਾੜਾ ਚੰਗਾ ਕਹਿਣ ਦੇ ਆਪਣੇ ਸਰੋਤਾਂ ਦੇ ਫੋਕੀ ਬਹਿਸ ਦੇ ਲੋਕਾਂ ਦੇ ਬਿਆਨ ਪੜ੍ਹਨ ਦੀ ਬਜਾਏ ਉਹ ਜਪਜੀ ਦੇ ਪਾਠ ਮੂਲ ਮੰਤਰ ਦੀਆਂ ਮਾਲਾ ਵਾਹਿਗੁਰੂ ਦੀਆਂ ਮਾਲਾ ਇਹਨਾਂ ਸਮਾਂ ਲਾ ਕੇ ਤਾਂ ਕਿ ਕੋਈ ਜ਼ਿੰਦਗੀ ਮਿਲੀਏ ਇਸ ਜ਼ਿੰਦਗੀ ਵਿੱਚ ਵੇਖ ਸਕੀਏ ਕਿ ਜੋ ਸਾਧੂ ਜੀ ਕਹਿ ਲਓ ਸੱਚਮੁੱਚ ਹੈ ਜਦੋਂ ਵੇਖਾਂਗੇ ਜ਼ਿੰਦਗੀ ਦੇ ਖਰਚ ਕੁਝ ਹੋਰ ਹੋਣਗੇ ਕਿ ਮਹਾਰਾਜ ਸਾਨੂੰ ਸਾਰਿਆਂ ਨੂੰ ਦਾਤਾਂ ਦੇਣੀਆਂ ਚਾਹੁੰਦੇ ਨੇ ਤਾਂ ਹੀ ਸਾਨੂੰ ਹੋਰ ਬੁਲਾ ਕੇ ਸੰਗਤ ਪੁਟਾਉਂਦੇ ਨੇ ਜਿੱਥੇ ਵੀ ਜਾਈਏ ਧਿਆਨ ਜੋੜੀਏ ਜਿੰਨਾ ਵੀ ਸਮਾਂ ਵੇਲਾ ਮਿਲੇ ਕਰਮਾ ਤਾਰਾ ਤੋਂ ਉਹਨਾਂ ਵੱਧ ਸਮਾਂ ਲਾਈਏ ਇੱਕ ਜ਼ਰੂਰ ਅੰਦਰ ਮੇਰੇ ਗਿਲਾ ਜਿਹਾ ਰਹਿੰਦਾ ਹੈ ਜਿਹੜੀ ਕਿਰਤ ਕਰਦੇ ਉਹਨੂੰ ਮਾਇਆ ਨਾ ਕਿਹਾ ਕਰੋ ਕਿਰਤ ਮਾਇਆ ਨਹੀਂ ਹੈ ਸਤਿਗੁਰੂ ਜੀ ਨੇ ਕਿਰਤੀ ਬਣਾਏ ਨੇ ਮਾਇਆ ਉਹਨੂੰ ਕਹਿੰਦੇ ਜਿਹੜੀ ਚੀਜ਼ ਰੱਬ ਨੂੰ ਬੁਲਾਉਂਦੇ ਕਿਰਤੀ ਨੂੰ ਤੇ ਸਤਿਗੁਰੂ ਮਾਣ ਹੀ ਬਣਾ ਦਿੰਦੇ ਨੇ ਕਹਿੰਦੇ ਤੂੰ ਕਿਰਤ ਕਰਕੇ ਖੁਦ ਖਾਣਾ ਜਿਹੜਾ ਤੂੰ ਕਿਰਤ ਕਰਦਾ ਹੈ ਵਿਕਾਰ ਜਿਹੜੇ ਪੇੜ ਨਹੀਂ ਢੁੱਕਦੇ ਇਹਦੇ ਬੰਦੇ ਦਾ ਕੀਸਾ ਬਣਦੀਆਂ ਚੀਜ਼ਾਂ ਹਾਂ ਵੱਧ ਤੋਂ ਵੱਧ ਜਿਹੜਾ ਸਮਾਂ ਬਣਦਾ ਉਹਦੇ ਵਿੱਚ ਉਹਨੂੰ ਜਪਾਂਗੇ ਜੁੜਾਂਗੇ ਪਿਆਰੂ ਹਰ ਚੀਜ਼ ਉਹਦੀ ਬਖਸ਼ਿਸ਼ ਬਣ ਕੇ ਤੁਰੀ ਜਾਏਗੀ ਮਹਾਰਾਜ ਮੇਰ ਕਰਨ ਹੋਮ ਦਾ ਮਹਾਨ ਢੱਡ ਜਿੱਦਾਂ ਸਤਾਰ ਰੂਪ ਹੈ ਨਿਰਮਲ ਸਿੰਘ ਨੂਰ ਹੋਈ ਉਹਨਾਂ ਦੀ ਮੁਬਾਰਕ ਰਸਨਾ ਨੌਜਵਾਨ ਉਹਨਾਂ ਦੇ ਨਾਲ ਸਾਥੀ ਢਾਡੀ ਸਿੰਘ ਉਹਨਾਂ ਦੀ ਜ਼ਬਾਨ ਤੋਂ ਸਤਿਗੁਰੂ ਜੀ ਦੀ ਪੁਸਤਕ ਸਰਵਨ ਕਰਨੀ ਹੈ ਆਓ ਪਿਆਰ ਦੇ ਜਰੂਰ ਮਹੋ ਦੀਏ ਜੋਤ ਦੀ ਲੋ ਮਿਲ ਕੇ ਆਪੋ ਜੇ ਵਾਹਿਗੁਰੂ
All right.